ਚਲੰਤ ਮਾਮਲੇ ਸੈਗਮੈਂਟ ਵਿੱਚ ਸਵਾਗਤ ਹੈ ਦੋਸਤੋ। ਅੱਜ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਵਿਸ਼ੇ ਦੇ ਬਾਰੇ ਗੱਲਬਾਤ ਕਰਾਂਗੇ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਸਮੇਂ ਸਮੇਂ ਸਿਰ ਵਿਵਾਦਾਂ 'ਚ ਰਹੇ ਨੇ, ਜਦ ਤੋਂ ਖਾਸ ਕਰਕੇ ਉਹਨਾਂ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ, ਉਦੋਂ ਤੋਂ ਇਹ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਖਾਸ ਕਰਕੇ ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਇੱਕ ਫਰਮਾਨ ਕੀਤਾ ਗਿਆ, ਉਹਨਾਂ ਨੇ 7 ਮੁਸਲਮਾਨ ਵਸੋਂ ਵਾਲੇ ਦੇਸ਼ਾਂ 'ਤੇ ਪਾਬੰਦੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ ਵਿਸ਼ੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ, ਪੂਰੀ ਦੁਨੀਆ ਦੇ ਵਿੱਚ ਇਸ ਦਾ ਰਿਐਕਸ਼ਨ ਵੇਖਣ ਨੂੰ ਮਿਲਿਆ। ਇਸ ਪ੍ਰੋਗਰਾਮ 'ਚ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਾਮਿਲ ਨੇ ਡਾਕਟਰ ਮਿਰਜ਼ਾ ਮੁਹੀਦੀਨ ਸਾਹਿਬ ਜੀ ਅਤੇ ਹਰਨੇਕ ਮਠਾੜੂ ਜੀ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਮਿਰਜ਼ਾ। ਪਹਿਲਾ ਸਵਾਲ ਤੁਹਾਨੂੰ ਹੈ, ਇਹ ਜੋ ਹਾਲ ਹੀ ਦੇ ਵਿੱਚ ਡੋਨਲਡ ਟਰੰਪ ਵੱਲੋਂ 7 ਮੁਸਲਮਾਨ ਵਸੋਂ ਵਾਲੇ ਦੇਸ਼ਾਂ 'ਤੇ ਪਾਬੰਦੀ ਲਗਾਈ ਗਈ ਹੈ, ਤੁਸੀਂ ਇਸ ਭਾਈਚਾਰੇ ਨਾਲ ਸੰਬੰਧਿਤ ਹੋ? ਨਹੀਂ, ਮੈਂ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿ ਇਹ ਜੋ ਕੁਛ ਹੋਇਆ ਵੇ ਬੜਾ ਗਲਤ ਹੋਇਆ। ਇੱਕ ਮੁਲਕ ਦਾ ਸਦਰ ਔਰ ਫਰਮਾਨ ਜਾਰੀ ਕਰਦਾ ਹੈ, ਡੈਮੋਕ੍ਰੈਟਿਕਲੀ ਇਲੈਕਟਿਡ ਹੈ, ਔਰ ਪਹਿਲਾਂ ਉਹਦਾ ਫਰਮਾਨ ਹੈ ਕਿ ਇਹ ਜਿਹੜੇ 7 ਮੁਲਕ ਨੇ ਜਿਹੜੇ ਪ੍ਰੀਡੋਮੀਨੈਂਟਲੀ ਮੁਸਲਮਾਨ ਮੁਲਕ ਨੇ, ਇਹਨਾਂ 'ਚੋਂ ਮੈਂ ਜਿਹੜੇ ਬੰਦ ਕਰਦੇ ਨੇ 90 ਦਿਨ ਲਈ। ਇਹ ਉਹਨੇ ਇੱਕ ਆਰਡਰ ਦਿੱਤਾ ਵੇ। ਹੁਣ 90 ਦਿਨ ਦੇ ਬਾਅਦ ਕੀ ਕਰਨਾ ਉਹਨੇ? ਪਹਿਲੀ ਤਾਂ ਕਿ ਬਤੌਰ ਮੁਸਲਮਾਨ ਮੈਨੂੰ ਬੜੀ ਐਂਗਜ਼ਾਇਟੀ ਹੋਈ, ਮੈਂ ਫਿਕਰਮੰਦ ਹੋਇਆ ਕਿ ਇਹਦੀਆਂ ਬਰਾਡਰ ਇੰਪਲੀਕੇਸ਼ਨਸ ਕੀ ਨੇ, ਇਹ ਸਟੈਪ ਦਾ ਮਕਸਦ ਕੀ ਹੈ। ਇਹ ਤਾਂ ਪਹਿਲਾਂ ਮੇਰਾ ਤਰਜ਼ੀਆ ਸੀ। ਫਿਰ ਅੱਗੇ ਮੇਰੇ ਸਵਾਲ ਆਇਆ ਕਿ ਹੁਣ ਅਗਲੇ ਸਟੈਪ ਵਿੱਚ ਜਿਹੜੇ ਮੁਸਲਮਾਨਾਂ ਨਾਲ ਹੋਰ ਜ਼ਿਆਦਤੀਆਂ ਹੋਣਗੀਆਂ। ਫਿਰ ਮੈਨੂੰ ਇਹ ਖਿਆਲ ਆਇਆ ਕਿ ਇਹਦਾ ਬਾਕੀ ਲੋਕਾਂ 'ਤੇ ਅਸਰ ਕੀ ਹੋਏਗਾ? ਕੈਨੇਡਾ ਵਿੱਚ ਅਸੀਂ ਰਹਿੰਦੇ ਪਏ ਹਾਂ, ਜਿਹੜਾ ਬੜਾ ਪੁਰਅਮਨ ਮੁਲਕ ਹੈ, ਉਹਨਾਂ 'ਤੇ ਕੀ ਅਸਰ ਹੋਏਗਾ? 90 ਦਿਨਾਂ ਬਾਅਦ ਕੀ ਹੋਏਗਾ? ਇਹ ਵੀ ਜਿਹੜਾ ਬੜੀ ਫਿਕਰਮੰਦ ਵਾਲੀ ਗੱਲ ਹੈ। ਔਰ ਫਿਰ ਇਹ ਵੀ ਗੱਲ ਹੈ ਕਿ ਮੈਨੂੰ ਇਹ ਫਿਕਰ ਹੈ ਕਿ ਬਈ ਬਾਲ ਲੋਕ ਕਹਿਣਗੇ ਇਸਲਾਮ ਜਿਹੜਾ ਮਜ਼ਹਬ ਹੈ, ਮੁਸਲਮਾਨ ਉਸ ਮਜ਼ਹਬ ਨੂੰ ਮੰਨਦੇ ਨੇ, ਇਸਲਾਮ ਹੈ ਹੀ ਭੈੜਾ ਮਜ਼ਹਬ ਹੈ, ਜਿੱਥੇ ਵੀ ਹੈਗਾ ਹੈ ਸਭ ਤੋਂ ਬੈਨ ਕਰ ਦਿਓ, ਅਮਰੀਕਾ 'ਚ ਕੋਈ ਮੁਸਲਮਾਨ ਆਵੇ ਵੀ ਨਾ, ਅਤੇ ਇਸ ਜਿਹੜੀਆਂ ਮਸੀਤਾਂ ਨੇ ਇਹਨਾਂ ਵੀ ਢਾ ਦਿਓ। ਕਿਉਂਕਿ ਫਿਰ ਜ਼ਾਹਰ ਹੈ ਕਿ ਜਿਹੜੇ ਮੁਸਲਮਾਨਾਂ ਦੀ ਆਈਡੈਂਟੀ ਹੈਗੀ ਹੈ ਅਮਰੀਕਾ ਦੇ ਵਿੱਚ, ਉਹ ਤਾਂ ਫਿਰ ਉਹਨੂੰ ਉਠਾਉਣਾ ਹੀ ਪਏਗਾ, ਹੋਰ ਕੀ ਹੋਏਗਾ? ਇਹਦੀ ਕੋਈ ਲਿਮਿਟ ਨਹੀਂ ਕਿ ਇਹ ਮਾਮਲਾ ਕਿੱਥੋਂ ਤੱਕ ਚੱਲੇਗਾ। ਅਨੇਕ ਜਿਸ ਤਰ੍ਹਾਂ ਡਾਕਟਰ ਮਿਰਜ਼ਾ ਮੁਹੀਦੀਨ ਦੱਸ ਰਹੇ ਨੇ, ਅੱਜ ਤਾਂ ਇਸਲਾਮ ਨੂੰ ਲੈ ਕੇ ਇਹਨਾਂ ਨੇ ਪਾਬੰਦੀ ਲਗਾਈ ਹੈ, ਅਤੇ ਅੰਦਰ ਖਾਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਬਾਕੀ ਧਰਮਾਂ ਦੇ ਬਾਰੇ ਵੀ ਕੁਛ ਨਾ ਕੁਛ ਕਦਮ ਚੁੱਕਣ ਜਾ ਰਹੇ ਨੇ ਡੋਨਲਡ ਟਰੰਪ ਨੇ ਅਗਲੇ ਦਿਨ। ਸਭ ਤੋਂ ਸਭ ਇੱਦਾਂ ਹੈ ਜੀ ਵੀ ਇਹ ਜਿਹੜੀ ਪ੍ਰੋਬਲਮ ਆਪਾਂ ਅਮਰੀਕਾ ਵਿੱਚ ਦੇਖ ਰਹੇ ਹੈਗੇ, ਇਹ ਤਕਰੀਬਨ ਦੁਨੀਆ ਦੇ ਵਿੱਚ ਤੁਰੀ ਹੋਈ ਹੈ ਪ੍ਰੋਬਲਮ। ਇਹ ਇਸ ਪ੍ਰੋਬਲਮ ਦੇ ਰੀਜ਼ਨ ਕੀ ਹੈਗੇ? ਇੱਕ ਤਾਂ ਇਹਦਾ ਵੱਡਾ ਹੈਗਾ ਇਕਨੋਮਿਕ ਰੀਜ਼ਨ, ਦੂਜਾ ਰੀਜ਼ਨ ਹੈਗਾ ਇਹਦਾ ਜਿਹੜਾ ਟੈਰੋਰਿਜ਼ਮ, ਤੀਜਾ ਰੀਜ਼ਨ ਹੈਗਾ ਜਿਹੜੀ ਅਮਰੀਕਾ ਦੇ ਵਿੱਚ ਮਜੋਰਟੀ ਕਮਿਊਨਿਟੀ ਹੈਗੀ ਉਹਨਾਂ ਨੂੰ ਆਪਣੀ ਹੋਣ ਦਾ ਖਤਰਾ ਪਿਆ ਹੋਇਆ ਹੈਗਾ। ਉਹ ਜਿਹੜੀ ਕਮਿਊਨਿਟੀ ਨੂੰ ਹੋਣ ਦਾ ਖਤਰਾ ਪੈਣ ਕਰਕੇ ਟਰੰਪ ਸਾਹਿਬ ਦੀ ਕੋਸ਼ਿਸ਼ ਇਹ ਹੈ ਵੀ ਮੈਂ ਕਿਸੇ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਕੰਟਰੋਲ ਹੈਗੀ ਉਹਨੂੰ ਕੰਟਰੋਲ ਕਰ ਲਾਂ ਤਾਂ ਕਿ ਉਹਨੂੰ ਰੋਕਿਆ ਜਾਏ, ਤਾਂ ਕਿ ਸਾਡੀ ਜਿਹੜੀ ਹੋਂਦ ਹੈ ਬਰਕਰਾਰ ਰਹੇ। ਖਾਸ ਕਰਕੇ ਤੁਸੀਂ ਟੈਰੋਰਿਜ਼ਮ ਦੇ ਮਸਲੇ ਦੀ ਗੱਲ ਕੀਤੀ ਹੈ, ਟਰੰਪ ਸਾਹਿਬ ਨੇ ਜੋ ਪਾਬੰਦੀ ਲਗਾਈ ਹੈ ਟੈਰੋਰਿਜ਼ਮ ਦੇ ਮਸਲੇ ਨੂੰ ਲੈ ਕੇ ਲਗਾਈ ਹੈ, ਕੀ ਤੁਸੀਂ ਸਮਝਦੇ ਹੋ ਇਸ ਨਾਲ ਟੈਰੋਰਿਜ਼ਮ ਨੂੰ ਠੱਲ ਪੈ ਜਾਏਗੀ? ਦੇਖੋ, ਟੈਰੋਰਿਜ਼ਮ ਨਾਲ ਠੱਲ ਪਵੇ ਜਾਂ ਨਾ ਪਵੇ ਉਹ ਟਾਈਮ ਦੱਸੇਗਾ, ਤਾਂ ਪਰ ਰਿਐਲਿਟੀ ਇਹ ਹੈਗੀ ਵੀ ਅੱਜ ਦੇ ਜ਼ਮਾਨੇ ਵਿੱਚ ਜਿੰਨੇ ਵੀ ਟੈਰੋਰਿਜ਼ਮ ਦੇ ਬਹੁਤ ਤੋਂ ਵੱਧ ਕੇਸ ਹੋ ਰਹੇ ਹੈ, ਉਹ ਚਾਹੇ ਯੂਰਪ ਦੇ ਵਿੱਚ ਹੋ ਰਹੇ ਹੈ ਚਾਹੇ ਅਮਰੀਕਾ ਦੇ ਵਿੱਚ ਹੋ ਰਹੇ ਹੈਗੇ, ਖਾਸ ਕਰਕੇ ਜਿੱਦਾਂ ਸੈਨ ਬਰਨਾਰਡੀਨੋ ਅਤੇ ਫੋਰਿਡਾ ਅਤੇ ਉੱਧਰ ਬੈਲਜੀਅਮ ਪੈਰਿਸ, ਉਹਨਾਂ ਦੇਸ਼ਾਂ ਵਿੱਚ ਇਹ ਸਾਰੇ ਮਤਲਬ ਜਿਹੜੇ ਆਈਸਿਸ ਵਾਲੇ ਜਾਂ ਮੁਸਲਿਮ ਟੈਰੋਰਿਸਟ ਹੈਗੇ ਜਿਹੜੇ ਉਹ ਕਰ ਰਹੇ ਹੈਗੇ। ਇਸ ਕਰਕੇ ਮੈਨੂੰ ਯੂਜ਼ ਕੀਤੀ ਹੈ ਨਾ ਮੁਸਲਿਮ ਟੈਰੋਰਿਸਟ, ਇਹ ਬੜੀ ਗਲਤ ਟਰਮ ਹੈਗੀ ਹੈ। ਇਹ ਮਤਲਬ ਕਿ ਇਹ ਜਿਹੜੀ ਹੈ ਨਾ, ਕੋਈ ਟੈਰੋਰਿਜ਼ਮ ਦਾ ਮਜ਼ਹਬ ਕੋਈ ਨਹੀਂ ਹੈਗਾ। ਹਾਂਜੀ, ਸੋ ਇਹ ਇਹੋ ਜਿਹੀ ਟਰਮ ਜਿਹੜੀ ਅਗਰ ਟਰੰਪ ਇਹਨੂੰ ਯੂਜ਼ ਕਰਦਾ ਮੁਸਲਿਮ ਟੈਰੋਰਿਸ ਇਸਲਾਮਿਕ ਟੈਰੋਰਿਜ਼ਮ, ਇਹਨੂੰ ਮੈਂ ਤਾਂ ਸਟਰੋਂਗਲੀ ਕੰਡੈਮ ਕਰਨਾ ਕਿ ਕਿਸੇ ਟੈਰੋਰਿਜ਼ਮ ਦਾ ਚੂੰਕਿ ਮਜ਼ਹਬ ਕੋਈ ਨਹੀਂ ਹੈਗਾ। ਔਰ ਬਾਕੀ ਮੁਲਕਾਂ ਵਿੱਚ ਵੀ ਅਗਰ ਸਟੈਟਿਸਟਿਕ ਤੁਸੀਂ ਦੇਖੋ ਤਾਂ ਜਿਹੜੇ ਮੁਸਲਮਾਨਾਂ ਨਾਲ ਸੋ ਕਰ ਮੁਸਲਮਾਨਾਂ ਨਾਲ ਐਸੋਸੀਏਟਡ ਨੇ, ਉਹ ਤਾਂ ਬੜੀਆਂ ਥੋੜ੍ਹੀਆਂ ਨੇ। ਹੁਣ ਫਰਾਂਸ ਵਿੱਚ ਵੀ ਜਿਹੜੇ ਬਾਅਦ ਵਾਕਏ ਹੋਏ ਨੇ, ਤੁਸੀਂ ਡਾਇਰੈਕਟਲੀ ਮਜ਼ਹਬ ਨੂੰ ਬਲੇਮ ਨਹੀਂ ਕਰ ਸਕਦੇ। ਪਰ ਜਦੋਂ ਵੀ ਕਿਤੇ ਅਜਿਹੀ ਘਟਨਾ ਵਾਪਰਦੀ ਹੈ ਟੈਰੋਰਿਜ਼ਮ ਦੀ, ਅਕਸਰ ਇਸਲਾਮ ਨਾਲ ਹੀ ਕਿਉਂ ਨਾ ਜੁੜ? ਇਸ ਲਈ ਕਿ ਲੋਕ ਇਸਲਾਮ ਨੂੰ ਬੇਸਿਕਲੀ ਬਸ ਪਸੰਦ ਨਹੀਂ ਕਰਦੇ। ਮੈਂ ਸਮਝਣਾ ਕਿ ਇਸਲਾਮ ਦੇ ਵਿੱਚ ਇਨਹੈਰੈਂਟ ਕੈਪੇਬਿਲਿਟੀ ਹੈ ਟੂ ਯੂਨਾਈਟ ਮੈਨਕਾਈਂਡ। ਅਗਰ ਤੁਸੀਂ ਪ੍ਰੋਫਿਟਸ ਦਾ ਮਾਡਲ ਦੇਖੋ ਕਿ ਨੇਕੀ ਦਾ ਪਹਿਲੂ ਛੱਡ ਦਿਓ, ਗੁਨਾਹ ਨੂੰ ਨਾ ਕਰੋ, ਖੁਦ ਵਾਹਿਗੁਰੂ ਇੱਕ ਜਿਉਂਦੀ ਚੀਜ਼ ਜ਼ਿੰਦਾ ਚੀਜ਼ ਹੈ। ਮੈਂ ਜ਼ਾਤੀ ਤੌਰ 'ਤੇ ਸਮਝਣਾ ਕਿ ਹੋਰ ਕੀ ਫਿਕਰ ਇਸਲਾਮ ਦਾ, ਨਾ ਤਾਂ ਉਹਨਾਂ ਕੋਲ ਪੋਲੀਟੀਕਲ ਪਾਵਰ ਹੈ। ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਹੈਗੀ
ਇਸਲਾਮ ਤੋਂ ਡਰ ਲੱਗਦਾ ਹੈਗਾ ਲੋਕਾਂ ਨੂੰ, ਦੁਨੀਆ ਨੂੰ। ਉਹ ਤੁਸੀਂ ਡਰ ਲੱਗਦਾ ਨਾ? ਮੈਨੂੰ ਕੋਈ ਡਰ ਨਹੀਂ ਲੱਗਦਾ ਕਿਉਂਕਿ ਮੈਂ ਕਿਸੇ ਵੀ ਧਰਮ ਦੇ ਵਿੱਚ ਬਿਲੀਵ ਨਹੀਂ ਕਰਦਾ, ਮੈਨੂੰ ਕਿਸੇ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਠੀਕ ਹੈ। ਪਰ ਮੈਨੂੰ ਇੱਦਾਂ ਹੈਗਾ ਵੀ ਇਸਲਾਮ ਦੇ ਵਿੱਚੋਂ ਕਿਤੇ ਨਾ ਕਿਤੇ ਉਹਦੀ ਜੜ ਬੈਠੀ ਹੈਗੀ, ਜਿਹੜੀ ਜੜ ਉਹ ਟੈਰਰਿਸਟ ਪੈਦਾ ਕਰ ਰਹੀ ਹੈ। ਉਹ ਇਸਲਾਮ 'ਚ ਉਹ ਡਿਫਾਲਟ ਨਹੀਂ ਹੈਗਾ, ਕੁਰਾਨ ਦੇ ਵਿੱਚ ਮੈਂ ਕਹਿੰਦਾ ਕਰੀ ਕਿ ਕੋਈ ਐਸੀ ਚੀਜ਼ ਨਹੀਂ ਜਿਹੜੀ ਪ੍ਰਮੋਟ ਕਰਦੀ ਹੈ। ਅਕਸਰ ਲੋਕ ਜਿਹੜੇ ਨੇ ਹਰ ਮਜ਼ਹਬ ਦੇ ਵਿੱਚ ਬਾਜ਼ ਇੰਟਰਪ੍ਰੀਟੇਸ਼ਨ ਐਸੀਆਂ ਕਰਦੇ ਨੇ ਜਿਹੜੀ ਉਹਨਾਂ ਨੂੰ ਇਨਫਲੂਐਂਸ ਕਰਦੀ ਹੈ, ਭਾਵੇਂ ਉਹ ਇਲੈਕਸ਼ਨ ਹੋਵੇ ਭਾਵੇਂ ਉਹ ਇਕਨੋਮਿਕ ਹੋਵੇ, ਉਹਨੂੰ ਯੂਜ਼ ਕਰਕੇ ਅਤੇ ਉਹਨੂੰ ਪ੍ਰਮੋਟ ਕਰ ਦੇਣਾ ਉਸ ਚੀਜ਼ ਨੂੰ ਨਾ। ਹੁਣ ਪਾਬੰਦੀ ਲਗਾ ਦਿੱਤੀ ਹੈ, ਤੁਹਾਡਾ ਅਗਲਾ ਸਟੈਪ ਕੀ ਹੈ, ਵਟ ਨੈਕਸਟ? ਅਸੀਂ ਇਸ ਤਰ੍ਹਾਂ ਫਾਈਟ ਕਰਨੇ ਪਏ ਹਾਂ ਕਿ ਅਸੀਂ ਹਰ ਜਗ੍ਹਾ ਅਮਰੀਕਾ ਦੇ ਵਿੱਚ ਸਾਡੀ ਕੋਈ ਕਈ ਮਸੀਤਾਂ ਨੇ, ਅਸੀਂ ਉਹਨਾਂ 'ਚ ਓਪਨ ਹਾਊਸ ਕਰਦੇ ਪਏ, ਆਓ ਉਹ ਦੇਖੋ। ਉਹਦੇ ਵਿੱਚ ਸਿਆਸਤਦਾਨ ਵੀ ਨੇ, ਉਹਦੇ 'ਚ ਗਵਰਨਰਸ ਵੀ ਨੇ, ਬੇਸ਼ੁਮਾਰ ਲੋਕ ਆਉਂਦੇ ਪਏ ਨੇ। ਕੈਨੇਡਾ ਵਿੱਚ ਵੀ ਇਹੀ ਅਸੀਂ ਕਰਨੇ ਪਏ। ਅਸੀਂ ਇਸ ਤਰ੍ਹਾਂ ਅਸੀਂ ਫਾਈਟ ਬੈਕ ਕਰਾਂਗੇ ਕਿ ਇਸਲਾਮ ਵਿੱਚ ਕੋਈ ਐਸੀ ਗਲਤ ਚੀਜ਼ ਨਹੀਂ ਹੈਗੀ। ਟੈਰੋਰਿਜ਼ਮ ਜਿਹੜਾ ਵੇ, ਇਹ ਤੁਸੀਂ ਐਵੇਂ ਐਸੋਸੀਏਟ ਕਰਦੇ ਪਏ ਹੋ ਕਿ ਜੀ ਇਸਲਾਮਿਕ ਟੈਰੋਰਿਜ਼ਮ ਹੈ। ਕੋਈ ਵੀ ਇਸਲਾਹ ਕਰ ਲਓ, ਮੀਡੀਆ ਨਾਲ ਮੇਰੀ ਚੱਲਦੀ ਰਹਿੰਦੀ ਅਕਸਰ ਨਾ, ਕਿ ਇਹ ਤੁਸੀਂ ਕਿੱਥੋਂ ਲੱਭ ਲਿਆ ਵੇ। ਮਤਲਬ ਮੈਂ ਹਰ ਮਜ਼ਹਬ ਜਿਹੜੇ ਟੈਰੋਰਿਸਟ ਨੇ, ਹਰ ਕ੍ਰਾਈਮ ਦਾ ਅਗਰ ਤੁਸੀਂ ਰੂਟ ਲੱਭੋ ਉਸ ਬੰਦੇ ਨੇ ਜਿਹਨੇ ਕੀਤਾ ਹੈ, ਫਿਰ ਤਾਂ ਬੜੀ ਮੁਸ਼ਕਲ ਪੈ ਜਾਏਗੀ। ਇਸਲਾਮ ਨਾਲ ਹੀ ਕਿਉਂ? ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੈ। ਦੇਖੋ, ਧਰਮ ਕਹਿਣ ਨੂੰ ਬੇਸ਼ੱਕ ਨਹੀਂ ਹੈ, ਪਰ ਜਿੰਨੇ ਵੀ ਯੂਰਪ ਦੇ ਵਿੱਚ ਅਟੈਕ ਅਸੀਂ ਦੇਖ ਰਹੇ ਹਾਂ, ਚਾਹੇ ਪੈਰਿਸ ਵਿੱਚ ਚਾਹੇ ਬੈਲਜੀਅਮ ਵਿੱਚ ਹੈਗੇ, ਉਹ ਕੌਣ ਹੈਗੇ ਜਿਹੜੇ ਅਟੈਕ ਕਰ ਰਹੇ ਹੈਗੇ? ਉਹ ਕਿਸ ਧਰਮ ਦੇ ਵਿੱਚੋਂ ਆਉਂਦੇ ਹੈਗੇ? ਕੀ ਉਹ ਕਹਿੰਦੇ ਹੈਗੇ? ਕਿਉਂ ਉਹ ਬੰਦਾ ਹੈਗਾ ਜਿਹੜਾ ਜਾ ਕੇ ਉੱਥੇ ਫਰਾਂਸ ਦੇ ਵਿੱਚ ਇੱਕ ਚਰਚ ਦੇ ਵਿੱਚ ਜਾ ਕੇ 80 ਸਾਲ ਦੇ ਪਾਦਰੀ ਦਾ ਗਲ ਕੱਟ ਦਿੰਦਾ? ਕਿਹੜਾ ਉਹਨੇ ਮਤਲਬ ਪਾਦਰੀ ਨੇ ਗਲਤੀ ਕੀਤੀ ਹੈ? ਉਹ ਕਿਤੇ ਨਾ ਕਿਤੇ ਧਰਮ ਦੇ ਨਾਲ ਜੁੜੀਆਂ ਹੋਈਆਂ ਗੱਲਾਂ। ਇਹ ਆਪਣੇ ਮੁਸਲਿਮ ਭਾਈਚਾਰੇ ਨੂੰ ਬਹੁਤ ਧਿਆਨ ਨਾਲ ਸੋਚਣਾ ਪੈਣਾ ਹੈਗਾ ਵੀ ਕਿੱਥੇ ਇਸ ਚੀਜ਼ ਦੀ ਜੜ ਹੈਗੀ, ਕਿਹੜੀ ਜੜ ਹੈਗੀ ਉਹ ਜਿਹੜੀ ਪੈਦਾ ਕਰਦੀ ਹੈ। ਟਰੰਪ ਸਾਹਿਬ ਦੇ ਇੱਕ ਸੀਨੀਅਰ ਐਡਵਾਈਜ਼ਰ ਕਹਿੰਦੇ ਹੈਗੇ ਵੀ ਜਿਹੜਾ ਆਪਣਾ ਇਸਲਾਮ ਦੀ ਜਿਹੜੀ ਆਪਣੀ ਫਿਲੋਸਫੀ ਹੈਗੀ, ਧਰਮ ਹੈਗਾ, ਇਹ ਪੋਲੀਟੀਕਲ ਆਈਡੀਓਲੋਜੀ ਇਹਦੇ ਵਿੱਚ ਛੁਪੀ ਹੋਈ ਹੈ। ਇਹੀ ਤਾਂ ਗੱਲ ਗਲਤ ਹੈਗੀ ਹੈ ਨਾ, ਇਹਨੂੰ ਮੈਂ ਚੈਲੰਜ ਕਰਨਾ ਵਾਂ ਕਿ ਇਹ ਬਿਲਕੁਲ ਜਿਹੜੀ ਹੈ ਇਹਦੇ 'ਚ ਕੋਈ ਸਬੂਤ ਨਹੀਂ ਹੈਗਾ, ਕੋਈ ਨਹੀਂ ਹੈਗੀ। ਇਹ ਹੁਣ ਜਿਹੜੀਆਂ ਗੱਲਾਂ ਕਿ ਯੂਰਪ ਦੇ ਵਿੱਚ ਅਗਰ ਟੋਟਲ ਤੁਸੀਂ ਕਤਲ ਜਿੰਨੇ ਹੁੰਦੇ ਨੇ, ਮਾਰੇ ਜਾਂਦੇ ਨੇ ਬੰਦੇ, ਉਹਨਾਂ 'ਚੋਂ ਅਗਰ ਦੇਖੋ ਤਾਂ ਜਿਹੜੇ ਸੋ ਕਾਲ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਮੈਂ ਚੈਲੰਜ ਕਰਨਾ ਕਿ ਉਹਨਾਂ ਦਾ ਮਜ਼ਹਬ ਕੋਈ ਨਹੀਂ ਹੈਗਾ, ਜਿਹੜੇ ਮਰਨ ਮਾਰਦੇ ਨੇ ਇਸ ਤਰ੍ਹਾਂ, ਇਹ ਫਿਰ ਅੱਗੋਂ ਵਿੱਚੋਂ ਲੱਭਣਾ ਕਿ ਬਈ ਇਹ ਜ਼ਰੂਰ ਇਸ ਬੰਦੇ ਦਾ ਹੁਣ ਤੁਹਾਡੀ ਕੋਈ ਤੁਹਾਡੇ ਕੋਲ ਤੁਸੀਂ ਤੁਹਾਡਾ ਬਿਹੇਵੀਅਰ ਹੈ। ਮੈਂ ਕਿਹਾ ਯਾਰ ਇਸ ਬੰਦੇ ਦਾ ਜਿਹੜਾ ਮਜ਼ਹਬ ਹੈ ਨਾ ਉਹ ਇਹਦੀ ਰੂਟ ਕਾਜ਼ ਹੈ, ਦੈਟਸ ਰੋਂਗ। ਇਹ ਚੀਜ਼ ਜਿਹੜੀ ਹੈ ਬਿਲਕੁਲ ਗਲਤ ਹੈਗੀ। ਇੱਕ ਪਾਸੇ ਗਲੋਬਲਾਈਜੇਸ਼ਨ ਦੀ ਗੱਲ ਹੋ ਰਹੀ ਹੈ, ਹਾਂਜੀ, ਅਤੇ ਇੱਕ ਪਾਸੇ ਫਿਰ ਆਹ ਧਾਰਮਿਕ ਕੱਟੜਵਾਦ ਦੀ ਗੱਲ ਹੋ ਰਹੀ ਹੈ, ਜੋ ਇਹ ਪਾਬੰਦੀ ਲਗਾਈ ਹੈ, ਇਸ ਦਾ ਗਲੋਬਲ ਲੈਵਲ 'ਤੇ, ਵਰਲਡ ਲੈਵਲ 'ਤੇ ਕੀ ਇੰਪੈਕਟ ਪਏਗਾ? ਦੇਖੋ, ਗਲੋਬਲ ਇੰਪੈਕਟ ਦੀ ਆਪਾਂ ਗੱਲ ਇੱਕ ਮਿੰਟ 'ਤੇ ਕਰਦੇ, ਪਹਿਲਾਂ ਮੈਨੂੰ ਗੱਲ ਮੋੜਨ ਦਿਓ ਮਿਰਜ਼ਾ ਸਾਹਿਬ ਜੀ ਗੱਲ ਵੱਲ। ਉਹ ਗੱਲ ਇੱਦਾਂ ਹੈਗੀ ਵੀ ਜਿੱਦਾਂ ਸਾਡਾ ਸਿੱਖ ਧਰਮ ਹੈਗਾ, ਸਿੱਖ ਧਰਮ ਦੀ ਜਿਹੜੀ ਹੋਂਦ ਹੈਗੀ ਉਹ ਕਿੱਥੋਂ ਸ਼ੁਰੂ ਹੋਈ ਹੈਗੀ? ਉਹ ਸਿੱਖ ਧਰਮ ਦੀ ਹੋਂਦ ਸ਼ੁਰੂ ਹੋਈ ਹੈਗੀ ਇਸਲਾਮ ਦੀ ਜਿਹੜੀਆਂ ਵਧੀਕੀਆਂ ਜਬਰ ਹੈ, ਤਾਨਾਸ਼ਾਹੀ ਹੈ, ਜਿਹੜੇ ਮਤਲਬ ਉਸ ਤਰ੍ਹਾਂ ਦਾ ਦੂਜੇ ਧਰਮ ਨੂੰ ਡੋਮੀਨੇਟ ਕਰਨਾ, ਕੰਟਰੋਲ ਕਰਨਾ, ਟੇਕ ਓਵਰ ਕਰਨਾ। ਇਹੀ ਗੱਲ ਜਦੋਂ ਉੱਥੋਂ ਨਹੀਂ ਤੁਸੀਂ ਡਿਗਰੀਮੈਂਟ ਕਰੀ ਜਾਓ, ਪਰ ਰਿਐਲਿਟੀ ਤਾਂ ਇਹ ਹੈ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਜਦੋਂ ਲੀਬੀਆ ਵਾਲੇ ਮੁਆਮਾਰ ਗਦਾਫੀ ਹੋਰੀ ਕਹਿੰਦੇ ਹੈਗੇ ਵੀ ਯੂਰਪ ਦੇ ਵਿੱਚ ਸਾਨੂੰ ਕਿਰਪਾਨ ਚੱਕਣ ਦੀ ਲੋੜ ਨਹੀਂ ਪੈਣੀ। ਕੌਣ ਹੈ ਲੀਬੀਆ? ਉਹ ਮੁਸਲਮਾਨਾਂ ਦਾ ਨੁਮਾਇੰਦਾ ਵੇ? ਨੁਮਾਇੰਦਾ ਹੋਏ ਨਾ ਹੋਏ, ਪਰ ਉਹ ਇੱਕ ਧਰਮ ਦਾ ਲੀਡਰ ਹੈ। ਸੋਲੀ ਤੌਰ ਤੇ ਜਿਹੜੇ ਪ੍ਰੋਬਲਮ ਅਰਾਈਜ਼ ਕਰਨ ਇਸ ਐਟੀਟਿਊਡ ਦੀ ਵਜ੍ਹਾ ਨਾਲ ਕਰਦੇ ਪਏ ਕਿ ਜ਼ਰੂਰ ਵਿੱਚ ਕੋਈ ਹੋਣਾ ਹੈ ਇਸਲਾਮ ਦੇ ਵਿੱਚ। ਮੇਰੇ ਇਸਲਾਮ 'ਤੇ ਕੋਈ ਚੀਜ਼ ਨਹੀਂ ਆ ਗਈ। ਮੇਰੇ ਅਹਿਮਦੀਆਂ ਦੇ ਕੋਈ, ਅਸੀਂ ਇਸ ਵੇਲੇ 200 ਮਿਲੀਅਨ ਆ ਵਰਲਡ ਵਾਈਡ ਵਿੱਚ। ਸਾਡੇ ਇਸਲਾਮ ਦੇ ਵਿੱਚ ਜਹਾਦ ਇਸ ਤਰ੍ਹਾਂ ਨਹੀਂ ਹੈਗਾ, ਫਾਈਟਿੰਗ ਕੋਈ ਨਹੀਂ ਹੈਗੀ, ਅਸੀਂ ਕੋਈ ਟੈਰਰਿਸਟ ਨਹੀਂ ਪਿਆ। ਸਾਡੇ ਵੱਲ ਕਿਉਂ ਨਹੀਂ ਦੇਖਦੇ? ਲੀਬੀਆ ਵੱਲ ਜਾ ਕੇ ਅਸੀਂ ਦੇਖਣੇ ਪਏ ਹਾਂ। ਸੋ ਇਹ ਜਿਹੜਾ ਇਹ ਐਟੀਚਿਊਡ ਜਿਹੜਾ ਨਾ, ਇਹ ਗਲੋਬਲ ਟਰੰਪ ਵਿੱਚ ਵੀ ਇਹ ਐਟੀਚਿਊਡ ਆਇਆ ਕਿ ਜ਼ਰੂਰ ਉਹਦੇ ਇੱਕ ਬੰਦੇ ਨੇ ਕਹਿ ਦਿੱਤਾ ਜਿਹਨੂੰ ਕੋਈ ਨੌਲੇਜ ਨਹੀਂ ਹੈਗਾ ਇਸਲਾਮ ਦਾ, ਨਾ ਕਿ ਉਹਨੇ ਪੜ੍ਹਿਆ ਹੋਇਆ। ਉਹ ਜੇ ਕਿਸੇ ਮੌਲਵੀ ਨੇ ਐਸੀ ਇੰਟਰਪ੍ਰੀਟੇਸ਼ਨ ਕਰ ਦਿੱਤੀ ਹੈ। ਹਰ ਮਜ਼ਹਬ ਦੀ ਜਿਹੜੀ ਤਕੱਦਸ ਹੈ, ਜਿਹੜੀ ਇੱਜ਼ਤ ਹੈ, ਔਰ ਇਸੇ ਵਜ੍ਹਾ ਨਾਲ ਇਸਲਾਮ ਅਗਰ ਟੈਰਰਿਸਟ ਵਿੱਚ ਫੈਲਦਾ ਨਾ ਕਦੇ, ਵਾਈ ਪੀਪਲ ਵੁੱਡ ਐਕਸੈਪਟ ਇਟ? ਖੈਰ, ਆਪਾਂ ਇਸ ਨੂੰ ਆਪਾਂ ਗਲੋਬਲ ਲੈਵਲ ਤੇ ਲਈਏ, ਠੀਕ ਹੈ ਜੀ। ਤੇ ਉਹ ਦੇਖੋ ਇਦਾਂ ਹੈਗਾ ਵੀ ਜਿਹੜੀ ਇਕਨੋਮਿਕ ਇਸ਼ੂਜ਼ ਹੈਗੇ ਆਪਣੇ ਇਕਨੋਮੀ ਦੇ ਨਾਲ ਜੁੜੇ ਹੋਏ, ਤਾਂ ਉਹਨਾਂ ਦੇ ਨਾਲ ਤੇ ਇਹ ਹੈਗਾ ਵੀ ਅੱਜ ਦਾ ਜਿਹੜਾ ਸਿਚੁਏਸ਼ਨ ਬਣਦੀ ਜਾ ਰਹੀ ਜਿੱਦਾਂ ਅਮਰੀਕਾ ਵਿੱਚ, ਵਰਲਡ ਦੇ ਵਿੱਚ, ਉਹ ਕੀ ਹੈਗਾ ਵੀ ਗਲੋਬਲਾਈਜੇਸ਼ਨ ਨੇ ਜੋਬਾਂ ਕਿਤੇ ਹੋਰ ਭੇਜ ਦਿੱਤੀਆਂ, ਤੰਗੀ ਕਿਤੇ ਹੋਰ ਆ ਰਹੀ ਹੈਗੀ, ਲੋਕਾਂ ਨੂੰ ਜਿਹੜੀਆਂ ਆਪਣਾ ਫਿਊਚਰ ਹੈਗਾ ਉਹ ਖਤਰੇ 'ਚ ਲੱਗਦਾ ਹੈਗਾ। ਪਰ ਉਹਦੇ ਵਿੱਚ ਇਸਲਾਮ ਨੂੰ ਕਿਉਂ ਬਲੇਮ ਕਰਨੇ ਪਏ? ਅਸੀਂ ਇਕਨੋਮਿਕ ਪਾਲਿਸੀ ਤੁਹਾਡੀਆਂ ਜਿਹੜੀਆਂ ਨੇ, ਹੁਣ ਹਰ ਜੰਗ ਦੇ ਵਿੱਚ ਅਮਰੀਕਾ ਨੂੰ ਫਾਇਦਾ ਹੁੰਦਾ,
ਇਕਨੋਮਿਕ ਪਾਲਿਸੀ ਦੇ ਨਾਲ ਇਮੀਗ੍ਰੇਸ਼ਨ ਵੀ ਜੁੜੀ ਹੋਈ ਹੈ ਕਿ ਉਹ ਕਿੱਥੋਂ ਡਰੈਗ ਹੋ ਗਏ, ਮਤਲਬ ਕਿ ਇਮੀਗ੍ਰੈਂਟ ਵੀ ਅਸੀਂ ਇਸ ਲਈ ਮੁਲਕ 'ਚ ਲਿਆਉਂਦੇ ਹਾਂ ਕਿ ਜਾਬ ਕ੍ਰੀਏਟ ਹੋਣ, ਉਹਨੂੰ ਇਸ ਲਈ ਲੈ ਕੇ ਆਉਂਦੇ ਤਾਂ ਕੰਜ਼ਿਊਮਰ ਮਿਲਣ, ਆਪਣਾ ਸਾਡਾ ਬਰਥ ਰੇਟ ਥੋੜ੍ਹਾ ਹੋਵੇ, ਇਸ ਲਈ ਅਸੀਂ ਇਮੀਗ੍ਰੈਂਟ ਲੈ ਕੇ ਆਉਂਦੇ, ਭਾਵੇਂ ਮੁਸਲਮਾਨ ਹੈ ਭਾਵੇਂ ਕ੍ਰਿਸਚਨ ਹੈ, ਅਸੀਂ ਮਜ਼ਹਬ ਨੂੰ ਆਈਡੈਂਟੀਫਾਈ ਨਹੀਂ ਕਰਦੇ। ਟਰੰਪ ਸਾਹਿਬ ਨੇ ਸ਼ੁਰੂਆਤ ਕੀਤੀ ਹੈਗੀ ਆਪਣਾ ਮੁਸਲਿਮ ਭਾਈਚਾਰੇ ਨਾਲ, ਪਰ ਮੁਸਲਿਮ ਭਾਈਚਾਰੇ ਦੇ ਨਾਲ ਨਹੀਂ, ਮਤਲਬ ਕਹਿਣ ਦਾ ਮਤਲਬ ਹੈ ਵੀ ਉਸ ਕਮਿਊਨਿਟੀ ਦੇ ਉੱਤੇ ਅਟੈਕ ਕੀਤਾ ਹੈਗਾ, ਉਸ ਧਰਮ ਦੇ ਉੱਤੇ ਅਟੈਕ ਕੀਤਾ, ਠੀਕ ਹੈ ਨਾ, ਬਿਲਕੁਲ। ਮਤਲਬ ਮੇਰੀ ਜਿਹੜੀ ਕਹਿਣ ਦੀ ਗੱਲ ਹੈਗੀ ਵੀ ਇਹ ਉੱਥੇ ਨਹੀਂ ਰੁਕਣੀ ਹੈਗੀ, ਕਿਉਂਕਿ ਟਰੰਪ ਸਾਹਿਬ ਤਾਂ ਚਾਹੁੰਦੇ ਹੈਗੇ ਵੀ ਅਸੀਂ ਅਮਰੀਕਾ ਦੇ ਵਿੱਚ ਸਾਰੀ ਹੀ ਜਿਹੜੀ ਇਮੀਗ੍ਰੇਸ਼ਨ ਹੈਗੀ ਉਹਨੂੰ ਇਸ ਤਰੀਕੇ ਨਾਲ ਕੰਟਰੋਲ ਕਰਿਆ ਜਾਵੇ ਤਾਂ ਕਿ ਸਾਡੀ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਦੀ ਮੈਜੋਰਿਟੀ ਬਣੀ ਰਹੇ, ਉਹਨਾਂ ਦਾ ਖਤਰਾ ਕਿਤੇ ਉਹਨਾਂ ਦੀ ਹੋਂਦ ਨੂੰ ਨਾ ਪਵੇ, ਉਹਨਾਂ ਦਾ ਬ੍ਰੈਂਡ ਆਫ ਕ੍ਰਿਸਚੀਅਨਿਟੀ ਅਗਰ ਉਹ ਕ੍ਰਿਸਚੀਅਨ ਦੇ। ਬਿਲਕੁਲ 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 ਬਿਲਕੁਲ। ਹੁਣ ਮੇਰਾ ਅਗਲਾ ਸਵਾਲ ਇਹ ਹੈ, ਟਰੰਪ ਸਾਹਿਬ ਨੇ ਉੱਧਰ ਬੈਨ ਕਰਤਾ, ਹਾਂਜੀ, ਇੱਧਰ ਜਸਟਿਨ ਟਰੂਡੋ ਹੁਣੀ ਕਹਿ ਰਹੇ ਨੇ ਕਿ ਅਗਰ ਕੋਈ ਵੀ ਉਸ ਬੈਨ ਦੇ ਨਾਲ ਪ੍ਰਭਾਵਿਤ ਹੈ, ਕੈਨੇਡਾ ਦੇ ਵਿੱਚ ਪ੍ਰਭਾਵਿਤ ਹੁੰਦਾ ਹੈ ਵਿਅਕਤੀ, ਤਾਂ ਉਸ ਨੂੰ ਟੈਂਪਰੇਰੀ ਤੌਰ 'ਤੇ ਉਸ ਨੂੰ ਰੈਜ਼ੀਡੈਂਸੀ ਦਿੱਤੀ ਜਾਏਗੀ, ਆਰਜ਼ੀ ਤੌਰ 'ਤੇ ਉਸਨੂੰ ਰੈਜ਼ੀਡੈਂਸੀ ਦਿੱਤੀ ਜਾਏਗੀ। ਹਾਂਜੀ, ਅਜਿਹੇ ਬਿਆਨ ਜੋ ਕੰਟਰਡਿਕਟਰੀ ਬਿਆਨ ਦੇਣਾ ਜਸਟਿਨ ਟਰੂਡੋ ਵੱਲੋਂ ਟਰੰਪ ਨੂੰ ਲੈ ਕੇ, ਕੀ ਇਸ ਦੇ ਨਾਲ ਅਮਰੀਕਾ ਅਤੇ ਕੈਨੇਡਾ ਦੇ ਰਿਲੇਸ਼ਨਸ ਫਰਕ ਨਹੀਂ ਪਏਗਾ, ਕਿਉਂਕਿ ਜਦੋਂ ਮੈਕਸੀਮ ਜੋ ਟ੍ਰੇਡ ਹੈ ਕੈਨੇਡਾ ਦਾ ਅਮਰੀਕਾ 'ਤੇ ਨਿਰਭਰ ਹੈ? ਦੇਖੋ, ਟ੍ਰੇਡ ਬੇਸ਼ੱਕ ਅਮਰੀਕਾ ਦੇ ਨਾਲ ਕਿੱਡੀ ਵੱਡੀ ਹੈ ਆਪਣੀ, ਪਰ ਕੈਨੇਡਾ ਅਲੱਗ ਦੇਸ਼ ਹੈ, ਅਮਰੀਕਾ ਅਲੱਗ ਦੇਸ਼ ਹੈ, ਕੈਨੇਡਾ ਦੀ ਹੋਂਦ ਅਲੱਗ ਹੈ, ਅਮਰੀਕਾ ਦੀ ਹੋਂਦ ਅਲੱਗ ਹੈਗੀ। ਇਸ ਕਰਕੇ ਅਸੀਂ ਇਹ ਨਹੀਂ ਆਸ ਕਰ ਸਕਦੇ ਵੀ ਕੈਨੇਡਾ ਵਾਲੇ ਹਮੇਸ਼ਾ ਹੀ ਅਮਰੀਕਾ ਦੀ ਬੋਲੀ ਬੋਲਣਗੇ। ਟਰੰਪ ਵਰਗਾ ਅਗਰ ਪ੍ਰੈਜੀਡੈਂਟ ਅੱਜ ਅਮਰੀਕਾ ਦੇ ਵਿੱਚ ਆਇਆ, ਜ਼ਰੂਰੀ ਨਹੀਂ ਹੈਗਾ ਵੀ ਆਪਣਾ ਟਰੂਡੋ ਉਸੇ ਤਰ੍ਹਾਂ ਦੀ ਭਾਸ਼ਾ ਬੋਲੇ। ਕੈਨੇਡਾ ਦੀ ਹੋਂਦ ਜਿਹੜੀ ਹੈਗੀ ਉਹ ਬਿਲਕੁਲ ਮਲਟੀਕਲਚਰ ਵਾਲੀ ਹੋਂਦ ਹੈਗੀ, ਇੱਥੇ ਸਾਰੇ ਧਰਮਾਂ ਨੂੰ ਸਾਰੇ ਲੋਕਾਂ ਨੂੰ ਆਪਣਾ ਆਪਣਾ ਜਿਹੜਾ ਹੈਗਾ ਕਲਚਰ ਹੈਗਾ ਪ੍ਰਮੋਟ ਕਰਨ ਦੀ ਆਗਿਆ, ਧਰਮ ਨੂੰ ਬਿਲੀਫ ਸਿਸਟਮ ਨੂੰ ਓਬੇ ਕਰਨ ਦੀ ਆਗਿਆ ਹੈਗੀ। ਇਸ ਕਰਕੇ ਮੈਨੂੰ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਲੱਗਦੀ, ਅਤੇ ਟਰੂਡੋ ਸਾਹਿਬ ਦਾ ਚੰਗਾ ਹੈਗਾ ਇਹ ਜਿਹੜੀ ਅਪਰੋਚ ਹੈ, ਜਿਹੜਾ ਸਟੈਂਡ ਹੈ ਉਹਨਾਂ ਦਾ, ਕੋਈ ਗਲਤ ਨਹੀਂ ਹੈਗਾ ਇਹਦੇ ਵਿੱਚ। ਮਤਲਬ ਕਿ ਪ੍ਰੋਬਲਮ ਹੋ ਸਕਦੇ ਨੇ ਕਿ ਜੇ ਟਰੰਪ ਦੀ ਜਿਸ ਤਰ੍ਹਾਂ ਮੈਂਟੈਲਿਟੀ ਹੈ ਉਹ ਤਾਂ ਇਹੀ ਹੈ ਨਾ ਕਿ ਬਈ ਕਿ ਜਿਸ ਤਰ੍ਹਾਂ ਤੁਸੀਂ ਹਲਾ ਹਲਾ ਕਰਕੇ ਅਤੇ ਮੈਂ ਆਪਣੇ ਇਹ ਕਰਨਾ ਪਿਆ, ਇਹ ਬੜੀ ਹਿੰਮਤ ਹੈ ਟਰੂਡੋ ਸਾਹਿਬ ਦੀ ਕਿ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ, ਔਰ ਵੀ ਆਰ ਹੋਪਿੰਗ ਕਿ ਇਹੋ ਜਿਹਾ ਐਟੀਟਿਊਡ ਕੰਟੀਨਿਊ ਰਹੇਗਾ, ਔਰ ਟਰੰਪ ਨੂੰ ਸ਼ਾਇਦ ਸਮਝ ਲੱਗ ਜਾਵੇ ਕਿ ਬਈ ਦੁਨੀਆ ਇਹ ਨਹੀਂ ਹੈਗੀ ਕਿ ਜੇ ਸਾਰੇ ਆਪਣੇ ਜਿਹੜੀਆਂ ਮੁਸੀਬਤਾਂ ਨੇ ਇਕਨੋਮਿਕ ਹੋ ਗਈਆਂ, ਇਮੀਗ੍ਰੈਂਟ ਦੀ ਹੋ ਗਈਆਂ, ਕ੍ਰਾਈਮ ਦੀਆਂ, ਉਹ ਤੁਸੀਂ ਮੁਸਲਮਾਨਾਂ 'ਤੇ ਠੋਕ ਦਿਓ ਜਾਂ ਇਸਲਾਮ 'ਤੇ ਠੋਕ ਦਿਓ, ਉਸ ਤਰ੍ਹਾਂ ਮਸਲਾ ਨਹੀਂ ਹੱਲ ਹੋਣਾ। ਅਸਲੀ ਮਸਲਾ ਤਾਂ ਦੋ ਨਾ ਕਿ ਬਹਿ ਕੇ ਸੋਚ ਕੇ ਕਿ ਕੀ ਰੀਜ਼ਨਸ ਨੇ। ਹੁਣ ਐਵਰੇਜ ਜਿਹੜਾ ਸਟਰੀਟ 'ਤੇ ਕ੍ਰਾਈਮ ਹੁੰਦਾ ਹੈ ਕਿਸੇ ਨੇ ਕੀਤਾ ਹੋਵੇ, ਅਤੇ ਉਹਦਾ ਪਤਾ ਲੱਗੇ ਬਾਅਦ ਜੇ ਇਹਦਾ ਮਜ਼ਹਬ ਇਹ ਸੀ, ਫਿਰ ਤਾਂ ਇੰਨਾ ਫਸਾਦ ਪੈ ਜਾਏਗਾ ਦੁਨੀਆ ਵਿੱਚ ਕਿ ਹਰ ਮਜ਼ਹਬ ਹਰ ਪਹਿਲਾਂ ਆਈਡੈਂਟੀਫਾਈ ਕਰੋ ਕਿ ਜੀ ਇਹਦਾ ਕਲਰ ਕੀ ਸੀ ਅਤੇ ਇਹਦਾ ਰਿਲੀਜਨ ਕੀ ਸੀ। ਕੋਈ ਰਿਲੀਜਨ ਨੂੰ ਪ੍ਰੈਕਟਿਸ ਕਰਦਾ ਨਹੀਂ ਕਰਦਾ, ਰਿਲੀਜਨ ਦਾ ਕੋਈ ਤਾਲੁਕ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਰਿਲੀਜਨ ਦੀ ਸੋਰਸ ਖੁਦਾ ਹੈ, ਵਾਹਿਗੁਰੂ ਹੈ, ਭਗਵਾਨ ਹੈ। ਕੋਈ ਭਗਵਾਨ ਵੀ ਸੋ ਤੁਸੀਂ ਮੰਨ ਲਵੋ, ਉਹ ਕਿਸੇ ਨੇ ਪ੍ਰਮੋਟ ਨਹੀਂ ਕੀਤਾ ਕਿ ਤੁਸੀਂ ਜਾ ਕੇ ਮਾਰ ਦਿਓ ਜਾਂ ਕਿਸੇ ਦਾ ਜਾਬ ਖੋਲ ਲਵੋ, ਤੁਹਾਡੇ ਆਪਣੇ ਰਿਸੋਰਸਿਸ ਨੇ। ਸੋ ਦੋਸਤੋ, ਇਹ ਸੀ ਡੋਨਲਡ ਟਰੰਪ ਦੇ ਵੱਲੋਂ ਜਾਰੀ ਕੀਤੇ ਗਏ ਫਰਮਾਨ ਬਾਰੇ ਵਿਚਾਰ ਚਾਚਾ। ਅਗਲੇ ਹਫ਼ਤੇ ਇਸੇ ਪ੍ਰੋਗਰਾਮ 'ਚ ਨਵਾਂ ਵਿਸ਼ਾ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹਰੇਕ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ।